ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਆਪਾਂ ਅੱਜ ਗੱਲ ਕਰਨੀ ਆ 5 ਮਿੰਟ ਜਿਹੜੀ ਨਿਹੰਗਾਂ ਵਾਲੀ ਘਟਨਾ ਹੋਈ ਆ ਪਟਿਆਲੇ ਉਹਦੇ ਬਾਰੇ। ਵੈਸੇ ਤਾਂ ਕੱਲ ਦੇ ਪ੍ਰੋਗਰਾਮ ਵਿੱਚ ਵੀ ਥੋੜੀ ਜਿਹੀ ਹੋ ਗਈ ਸੀ, ਅੱਜ ਜਦੋਂ ਦਿਨੇ ਸਪੈਸ਼ਲ ਪ੍ਰੋਗਰਾਮ ਹੋਇਆ ਉਹਦੇ ਵਿੱਚ ਵੀ ਥੋੜੀ ਜਿਹੀ ਗੱਲ ਹੋ ਗਈ ਸੀ। ਉਸ ਵੇਲੇ ਪਹਿਲਾਂ ਤੋਂ ਸੋਚਿਆ ਸੀ ਵੀ ਪ੍ਰੋਗਰਾਮ ਚ ਕਰ ਲਵਾਂ, ਪਰ ਫਿਰ ਘਰੋਂ ਕਾਲ ਕਰ ਗਿਆ ਮੈਂ। ਘਟਨਾ ਦਾ ਤਾਂ ਪਤਾ ਆ ਤੁਹਾਨੂੰ ਸਾਰਿਆਂ ਨੂੰ ਵੀ ਹੋਇਆ ਕੀ। ਜਿਹੜੀ ਵਿਚਾਰਨ ਵਾਲੀ ਗੱਲ ਆ ਨਾ, ਇੱਕ ਉਹ ਬਹੁਤ ਵਾਰੀ ਅਸੀਂ ਜਦੋਂ ਗੁਰੂ ਸਾਹਿਬ ਦੀ ਗੱਲ ਕਰਦੇ ਹਾਂ, ਅਸੀਂ ਅਕਸਰ ਚਾਹੇ ਉਮਰ ਛੱਕਣ ਦੀ ਘਟਨਾ ਆ, ਚਾਹੇ ਗੁਰੂ ਨਾਨਕ ਦੇਵ ਜੀ ਵੇਲੇ ਦੀ ਘਟਨਾ ਆ, ਉਹਦੇ ਵਿੱਚ ਅਸੀਂ ਇੱਕ ਗੱਲ ਅਕਸਰ ਕਹਿੰਦੇ ਹਾਂ ਵੀ ਗੁਰੂ ਸਾਹਿਬ ਨੇ ਸਿੱਖ ਬਣਾਏ, ਗੁਰੂ ਸਾਹਿਬ ਨੇ ਜਦੋਂ ਅਸੀਂ ਕਹਿੰਦੇ ਨੀਚੋ ਊਚ ਕੀਤਾ, ਖੋਟਿਓ ਖਰੇ ਕੀਤਾ। ਉੱਥੇ ਮੈਨੂੰ ਲੱਗਦਾ ਸਾਨੂੰ ਥੋੜੀ ਵਿਸਥਾਰ ਨਾਲ ਡਿਸਕਸ਼ਨ ਕਰਨ ਦੀ ਲੋੜ ਆ ਵੀ ਗੁਰੂ ਸਾਹਿਬ ਨੇ ਸਾਨੂੰ ਉੱਥੇ ਟ੍ਰੇਨਿੰਗ ਬਣਾ ਕੇ ਭਰਤੀ ਕੀਤਾ ਸੀ ਸਿੱਖਾਂ ਨੂੰ, ਜਾਂ ਇੱਕ ਫੌਜ ਤਿਆਰ ਕੀਤੀ ਸੀ। ਮੈਨੂੰ ਇਦਾਂ ਲੱਗਦਾ ਆ ਵੀ ਉੱਥੇ ਗੁਰੂ ਸਾਹਿਬ ਜਿਹੜੇ ਅੰਗਦ ਬਣਨ ਦੀ ਯੋਗਤਾ ਰੱਖਦੇ ਆ ਨਾ, ਜਿਹੜੇ ਲਹਿਣੇ ਆ, ਜਿਹੜੇ ਪਹਿਲਾਂ ਤੋਂ ਯੋਗਤਾ ਲੈ ਕੇ ਬੈਠੇ ਆ, ਉਹਨਾਂ ਦੀ ਤਲਾਸ਼ ਵਿੱਚ ਆ। ਉੱਥੇ ਉਹ ਇਹ ਨਹੀਂ ਕਹਿ ਰਹੇ ਵੀ ਤੁਸੀਂ ਆਓ ਮੈਂ ਤੁਹਾਨੂੰ ਸਿਖਾਊਂਗਾ, ਉਹ ਇਹ ਕਹਿ ਰਹੇ ਵੀ ਆਓ ਆਪਾਂ ਜਿਹੜੇ ਬਾਬਰੇ ਆ, ਜਿਹੜੇ ਧੱਕਾ ਕਰ ਰਹੇ ਆ, ਉਹਨਾਂ ਦੇ ਵਿਰੁੱਧ ਡਟੀਏ। ਉੱਥੇ ਉਹ ਆ ਕੇ ਗੁਰੂ ਸਾਹਿਬ ਦੇ ਨੇੜੇ ਬੈਠੇ ਆ ਜਿਹੜੇ ਪਹਿਲਾਂ ਤੋਂ ਹੀ ਯੋਗਤਾ ਰੱਖਦੇ ਸੀ। ਜਿੱਦਾਂ ਇੱਕ ਹੋਸਪਿਟਲ ਆ, ਮੰਨ ਲਓ ਇੱਕ ਹੋਸਪਿਟਲ ਦੇ ਵਿੱਚ ਕੋਈ ਬੰਦਾ ਹੋਸਪਿਟਲ ਖੋਲ ਕੇ ਉਹ ਕਹਿੰਦਾ ਕਿ ਸਾਨੂੰ ਇੰਨੇ ਡਾਕਟਰਾਂ ਦੀ ਲੋੜ ਆ ਇੱਥੇ ਇੱਥੇ ਸਰ। ਇੱਕ ਮੈਡੀਕਲ ਕਾਲਜ ਆ, ਮੈਡੀਕਲ ਕਾਲਜ ਦੇ ਵਿੱਚ ਟ੍ਰੇਨਿੰਗ, ਜਿਹਨਾਂ ਨੂੰ ਟ੍ਰੇਨਿੰਗ ਦੇਣੀ ਆ ਉਹ ਸੱਦੇ ਜਾਂਦੇ, ਡਾਕਟਰ ਬਣਾਏ ਜਾਂਦੇ ਆ। ਹੋਸਪਿਟਲ ਦੇ ਵਿੱਚ ਆਪਰੇਸ਼ਨ ਕਰਨੇ ਆ, ਇਲਾਜ ਹੋਣਾ ਆ, ਉੱਥੇ ਡਾਕਟਰ ਲਏ ਜਾਂਦੇ। ਹਾਂ, ਉਹਨਾਂ ਨੂੰ ਪ੍ਰੋਟੋਕਾਲ ਉੱਥੇ ਦੱਸੇ ਜਾਂਦੇ, ਇੱਕ ਟੀਮ ਦੀ ਤਿਆਰੀ ਕੀਤੀ ਜਾਂਦੀ ਆ। ਉਹ ਮੈਨੂੰ ਇਦਾਂ ਲੱਗਦਾ ਕਿ ਸਾਨੂੰ ਇਹ ਚੀਜ਼ ਜਦੋਂ ਇਹ ਸਮਝ ਲਾਂਗੇ ਨਾ, ਫਿਰ ਆਹ ਜਿਹੜਾ ਸਾਡੇ ਵਾਲਾ ਵਾਰ ਵਾਰ ਜਿੱਦਾਂ ਇੰਨੇ ਅੱਗ ਲਾਉਣਾ ਆ, ਜਿੰਨੇ ਸਾਡੇ ਟਕਸਾਲੀ ਆ, ਪ੍ਰਚਾਰਕ ਆ, ਜਦੋਂ ਇਹ ਕਹੀ ਜਾਂਦੇ ਕਿ ਦਾਖਲਾ ਆ ਜੀ ਇਹ ਅੰਮ੍ਰਿਤ ਛੱਕ, ਵੀ ਹਰ ਨਿਕੰਮਾ ਬੰਦਾ ਅੰਮ੍ਰਿਤ ਛੱਕਦਾ ਆ, ਆ ਕੇ ਸ਼ਾਮਿਲ ਹੋ ਜਾਂਦਾ ਤੇ ਆਉਂਦਿਆਂ ਸਾਰ ਗੁਰੂ ਦਾ ਰੂਪ ਬਣ ਜਾਂਦਾ। ਜਦਕਿ ਚਾਹੀਦਾ ਇਹ ਸੀ ਜਿੱਦਾਂ ਬੰਦਾ ਸਿੰਘ ਬਹਾਦਰ ਵੇਲੇ ਵੀ ਜਦੋਂ ਆਵਾਜ਼ ਦਿੰਦੇ ਹੋਣਗੇ, ਦਿੱਤੀ ਹੋਊਗੀ ਉਹਨਾਂ ਨੇ, ਉਹੀ ਬੰਦੇ ਆ ਕੇ ਉਹੀ ਸਿੱਖ ਆ ਕੇ ਸ਼ਾਮਿਲ ਹੋਏ ਹੋਣਗੇ ਜਿਨ੍ਹਾਂ ਨੇ ਕੁਛ ਕਰਨਾ ਸੀ, ਜਿਹੜੇ ਕਰਨ ਦੀ ਯੋਗਤਾ ਰੱਖਦੇ ਸੀ। ਐਗਜੈਕਟਲੀ ਚਾਹੀਦਾ ਇਹ ਸੀ। ਉਹ ਤੋਂ ਬਾਅਦ ਵੀ ਸਮੇਂ ਸਮੇਂ ਤੇ ਜਿਹੜਾ ਵੀ ਆਗੂ ਹੁੰਦਾ ਉਹ ਪ੍ਰੋਗਰਾਮ ਦਿੰਦਾ ਕਿ ਹੁਣ ਭਾਈ ਸਾਨੂੰ ਸਰਕਾਰ ਦੇ ਨਾਲ ਇਸ ਗੱਲ ਬਾਰੇ ਨੈਗੋਸ਼ੀਏਸ਼ਨ ਦੀ ਲੋੜ ਆ, ਇੱਦਾਂ ਦੇ ਵਕੀਲ, ਡਾਕਟਰ, ਇੱਦਾਂ ਦੇ ਬੰਦੇ ਆਉਣ, ਹੁਣ ਅਸੀਂ ਸੇਵਾ ਕਰਨੀ ਇੱਥੇ ਜਾ ਕੇ, ਇੱਦਾਂ ਦੇ ਵਲੰਟੀਅਰ ਹੋਣ, ਹੁਣ ਅਸੀਂ ਆਹ ਕੰਮ ਆ ਬਿਲਡਿੰਗ ਖੜੀ ਕਰਨੀ ਆ, ਸਾਨੂੰ ਅਗਰਾਹੀ ਦੇ ਪੈਸੇ ਵਾਲੇ ਬੰਦੇ ਚਾਹੀਦੇ, ਆਗੂ ਹੁੰਦੇ ਫਿਰ। ਪਰ ਉੱਥੇ ਹਰੇਕ ਜਣੇ ਨੇ, ਹਰੇਕ ਸਿੱਖ ਨੇ, ਹਰੇਕ ਜਥੇਬੰਦੀ ਨੇ ਆਪੋ ਆਪਣੀ ਮਰਿਆਦਾ ਬਣਾ ਕੇ, ਤਾਂ ਇਹ ਸੰਤਾਪ ਅਸੀਂ ਭੋਗ ਰਹੇ ਹਾਂ। ਹੁਣ ਜਿਹੜੀ ਘਟਨਾ ਹੋਈ ਆ ਉਹਦੇ ਵਿੱਚ ਜਦੋਂ ਤੁਸੀਂ ਦੇਖ ਰਹੇ ਹਾਂ ਭਾਈ, ਜੋ ਅਸਲ ਜਿੱਥੇ ਬੈਰੀਕੇਡ ਉਹ ਲੱਗਾ ਹੋਇਆ ਸੀ, ਨਾਕਾ ਲੱਗਾ ਹੋਇਆ ਸੀ, ਫਿਰ ਪੁਲਿਸ ਆਈ ਆ, ਪੁਲਿਸ ਖੜੀ ਆ, ਨਾਕਾ ਲਾ ਕੇ ਖੜੀ ਆ ਤੇ ਉਹ ਜਾ ਰਹੇ। ਚਾਹੀਦਾ ਇਹ ਆ ਵੀ ਜਦੋਂ ਨਾਕਾ ਲੱਗਾ ਆ, ਬਲਰਾਜ ਗੋਲਡੀ ਹੁਣੀ ਜਿੰਨੇ ਬੰਦੇ ਉੱਥੇ ਰੌਲਾ ਪਾਉਂਦੇ, ਇਹਨਾਂ ਨੂੰ ਪੁੱਛੋ ਵੀ ਜੇ ਅਮਰੀਕਾ ਕੈਨੇਡਾ ਵਿੱਚ ਕਿਸੇ ਥਾਂ ਤੇ ਪੁਲਿਸ ਨੇ ਨਾਕਾ ਲਾਇਆ ਹੋਵੇ, ਉਹ ਨਾਕੇ ਦੇ ਉੱਤੇ ਉਹ ਹੱਥ ਦੇਣ ਕਿਸੇ ਬੰਦੇ ਨੂੰ, ਕੋਈ ਵੀ ਕਾਰਨ ਹੋਵੇ, ਤੇ ਉਹ ਬੰਦਾ ਆਪਣਾ ਰੀਜ਼ਨ ਜਿਹੜਾ ਉਹਦੇ ਕੋਲ ਹੈਗਾ ਕਿ ਉਹਦਾ ਬੱਚਾ ਬਿਮਾਰ ਆ, ਜਾਂ ਉਹਦੇ ਘਰ ਅੱਗ ਲੱਗੀ ਹੋ ਆ, ਜਾਂ ਉਹ ਕੋਈ ਕਿਸੇ ਵੀ ਕਾਰਨ ਕਰਕੇ ਉੱਥੇ ਗੱਡੀ ਨਾ ਰੋਕੇ ਤੇ ਨਾਕਾ ਤੋੜ ਕੇ ਗੱਡੀ ਭਜਾ ਕੇ ਲੈ ਜਾਵੇ, ਉਹਦੇ ਮਗਰ ਕੀ ਬਣੂਗਾ। ਜਦੋਂ ਸਾਨੂੰ ਇੰਨੇ ਸਾਲਾਂ ਦਾ ਪਤਾ, 84 ਦੇ ਵਿੱਚ ਅਸੀਂ ਕਹਿੰਦੇ ਹਾਂ ਵੀ ਜੀ ਗਿੱਲ ਨੇ 84 ਤੋਂ ਬਾਅਦ 2 ਲੱਖ ਨੌਜਵਾਨ ਸ਼ਹੀਦ ਕਰ ਦਿੱਤਾ, ਸਾਨੂੰ ਪਤਾ ਹੈ ਵੀ ਪੁਲਿਸ ਧੱਕਾ ਕਰਦੀ ਹੈ, ਸਾਨੂੰ ਪਤਾ ਹੈ ਵੀ ਇੰਡੀਆ ਦੇ ਵਿੱਚ ਪੁਲਿਸ ਦੇ ਕੋਲ ਬਹੁਤ ਜ਼ਿਆਦਾ ਅਧਿਕਾਰ ਆ, ਫਿਰ ਅਸੀਂ ਇਹ ਕਿਉਂ ਨਹੀਂ ਸਮਝਦੇ ਕਿ ਸਾਨੂੰ ਉੱਥੇ ਥੋੜੇ ਜਿਹੇ ਲਿਮਿਟ ਦੇ ਵਿੱਚ ਰਹਿਣਾ ਪੈਣਾ।
ਸਾਨੂੰ ਲਿਖ ਕੇ ਰਹਿਣਾ ਪੈਣਾ ਇਸ ਗੱਲੋਂ ਕਿ ਆਪਣੇ ਵੱਲੋਂ ਕੋਈ ਕਾਨੂੰਨ ਤੋੜ ਕੇ ਉਹ ਜਿਹੜੇ ਪੁਲਿਸ ਵਾਲੇ ਪਹਿਲਾਂ ਤੋਂ ਧੱਕਾ ਕਰਨ ਦੀ ਤਿਆਰੀ ਕਰਕੇ ਬੈਠੇ ਆ, ਜਦੋਂ ਅਸੀਂ ਕਹਿੰਦੇ ਹਾਂ ਤੇ ਸਿੱਖਾਂ ਦੀ ਦੁਸ਼ਮਣ ਆ ਜੀ ਸਰਕਾਰ, ਉਹੀ ਕਾਂਗਰਸ ਸਰਕਾਰ ਆ ਪੰਜਾਬ ਦੇ ਵਿੱਚ ਜਿਹੜੀ 84 ਵੇਲੇ ਸੀ, ਅੱਗੋਂ ਪਤਾ ਸਾਨੂੰ ਸਾਡਿਆਂ ਨੂੰ ਚੰਗੀ ਤਰ੍ਹਾਂ। ਹਾਲਾਂਕਿ ਇਹ ਇੱਕ ਫੈਕਟ ਆ ਵੀ 84 ਵੇਲੇ 84 ਤੋਂ ਬਾਅਦ ਕਿਸੇ ਇੱਕ ਵੀ ਨਿਹੰਗ ਦੇ ਗੋਲੀ ਨਹੀਂ ਵੱਜੀ, ਕੋਈ ਇੱਕ ਨਿਹੰਗ ਕਤਲ ਨਹੀਂ ਹੋਇਆ। ਇਹ ਸਾਰਾ ਨਿਹੰਗ ਲਾਣਾ ਉਸ ਵੇਲੇ ਦੀ ਪੁਲਿਸ ਨਾਲ, ਮਿਲਟਰੀ ਨਾਲ, ਸਰਕਾਰ ਨਾਲ ਦੋਸਤੀ ਪਾ ਕੇ ਬੈਠਾ। ਅਕਾਲ ਤਖ਼ਤ ਆਇਆ ਜਾਂਦਾ ਆ, ਇਹੀ ਨਿਹੰਗ ਬਲਵੀਰ ਸਿੰਘ ਹੋਣਾ ਦਾ, ਇਹ ਸੰਤਾ ਸਿੰਘ ਵਾਲਾ ਗਰੁੱਪ ਆ ਜਿਨ੍ਹਾਂ ਨੇ ਉਸ ਵੇਲੇ ਅਕਾਲ ਤਖ਼ਤ ਬਣਵਾਇਆ, ਜਿਹੜੇ ਅਕਾਲ ਤਖ਼ਤ ਨੂੰ 86 ਦੇ ਵਿੱਚ ਟਕਸਾਲ ਨੇ ਢਾਹ ਕੇ ਦੁਬਾਰਾ ਬਣਾਇਆ। ਉਹਦੇ ਬਾਵਜੂਦ ਵੀ ਅੱਜ ਅੰਧਾ ਧੁੰਦ ਜਿਹੜਾ ਕਿਹੜਾ ਬੰਦਾ ਦੇਖੋ ਜੀ, ਪਹਿਲਾਂ ਪੁਲਿਸ ਨੇ ਡੰਡੇ ਕਿਉਂ ਮਾਰੇ, ਪੁਲਿਸ ਨੇ ਗਾਲ ਕਿਉਂ ਕੱਢੀ, ਫਿਰ ਜਦੋਂ ਤੁਸੀਂ ਬੈਰੀਅਰ ਤੋੜ ਦਿੱਤਾ, ਜਿਹੜੀ ਪਹਿਲੀ ਗਲਤੀ ਆ, ਪਹਿਲੀ ਮਿਸਟੇਕ ਆ ਜਿਹੜੀ, ਉਹਨੂੰ ਦੇਖਿਆ ਜਾਣਾ ਆ। ਇਸ ਕਰਕੇ ਉਹ ਚਾਹੇ ਕਰਨ ਜਾਂ ਨਾ ਕਰਨ, ਪਰ ਜਿਹੜੇ ਸਮਝਦਾਰ ਆ, ਜਿਹੜੇ ਅਸੀਂ ਚਾਹੁੰਦੇ ਹਾਂ ਵੀ ਗਾਹਾਂ ਦਾ ਭਵਿੱਖ ਕਿੱਦਾਂ ਦਾ ਹੋਵੇ, ਆਪਣੇ ਬੱਚਿਆਂ ਦੀ ਤਿਆਰੀ ਕਰੀਏ। ਅਸੀਂ ਕੱਲ ਪ੍ਰੋਗਰਾਮ ਵਿੱਚ ਵੀ ਆਪਾਂ ਗੱਲ ਕਰਦੇ ਸੀ ਵੀ ਇਹਨਾਂ ਮੁਲਕਾਂ ਦੇ ਵਿੱਚ ਅਸੀਂ ਇਹ ਨਾ ਸੋਚੀਏ ਵੀ ਅਸੀਂ ਬੱਚਿਆਂ ਦੀ ਤਿਆਰੀ ਇੱਦਾਂ ਕਰਾਉਣੀ ਆ ਵੀ ਜੇ ਕਿਸੇ ਸੂਬੇ ਨੇ, ਸਰਹੰਦ ਦੇ ਸੂਬੇ ਨੇ, ਕਿਸੇ ਔਰੰਗਜ਼ੇਬ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ, ਜਬਰੀ ਮਨਾਉਣ ਦੀ ਕੋਸ਼ਿਸ਼ ਕੀਤੀ ਤੇ ਸਾਡੇ ਬੱਚੇ ਉਹਦੇ ਮੂਹਰੇ ਡਟ ਜਾਣ, ਨਹੀਂ, ਅਸੀਂ ਇਹ ਤਿਆਰੀ ਕਰੀਏ ਵੀ ਸੂਬੇ ਦੀ ਥਾਂ ਤੇ ਕਿੱਦਾਂ ਬਹਿਣਾ, ਅਸੀਂ ਉੱਥੇ ਜਾ ਕੇ ਉਹ ਬੋਡੀ ਦੇ ਵਿੱਚ ਕਿੱਦਾਂ ਬਹਿਣਾ ਜਿਹੜੀ ਕਾਨੂੰਨ ਬਣਾਉਣੇ ਵਾਲੀ ਆ, ਤਾਂ ਕਿ ਸਾਡਾ ਭਵਿੱਖ ਸੰਵਰੇ, ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਦੀ ਥਾਂ ਤੇ ਜਾਣ ਦੀ ਤਿਆਰੀ ਕਰਕੇ ਰੱਖੀਏ। ਕਿੰਨੇ ਕੁ ਜਣੇ ਆ ਜਿਹੜੇ ਗੱਲਾਂ ਕਰਦੇ, ਉਹ ਅਰਵਿੰਦਰ ਨੇ ਇੱਥੇ ਪੋਸਟ ਪਾਈ ਹੋਈ ਸੀ, ਐਡੇ ਝੁੱਡੂ ਬੰਦੇ ਆ ਸਾਡੇ, ਅਖੇ ਜੀ ਪਾਗਲ ਹੋਣੇ ਨਾਲ ਤਾਂ ਗੁੱਟ ਵੱਢ ਦੇਣਾ ਚੰਗਾ ਆ। ਅੱਜ ਤੱਕ ਕਿੰਨੇ ਕੁ ਅਸੀਂ ਇੱਦਾਂ ਦੇ ਆਪ ਕਾਰਨਾਮੇ ਕੀਤੇ ਆ, ਪ੍ਰਚਾਰਕਾਂ ਦੇ ਨਾਲ ਕਿੰਨੀ ਵਾਰ ਇੱਦਾਂ ਦੀਆਂ ਗੱਲਾਂ ਹੋਈਆਂ। ਜੇ ਆਪ ਨਹੀਂ ਅਸੀਂ ਸਮਝਾਂਗੇ, ਆਪਣੀ ਆਉਣ ਵਾਲੀ ਪੀੜ੍ਹੀ ਨੂੰ ਨਹੀਂ ਸਮਝਾਵਾਂਗੇ ਇਸ ਗੱਲ ਲਈ, ਇੱਥੇ ਇੱਕ ਮੈਸੇਜ ਆ ਸਾਡੇ ਸਾਰਿਆਂ ਲਈ। ਇਹ ਲੋਕ ਆ ਜਿਹੜੇ ਅੱਜ ਨਿਹੰਗਾਂ ਦੇ ਹੱਕ ਵਿੱਚ ਖੜੇ ਆ ਨਾ, ਉਹਨਾਂ ਚੋਂ ਬਹੁਤਾਤ 80-90% ਉਹ ਲੋਕ ਆ ਜਿਹੜੇ ਇਹ ਕਹਿੰਦੇ ਆ ਵੀ ਖਾਲਸਾ ਰਾਜ ਲੈਣਾ, ਸਿੱਖਾਂ ਦਾ ਆਪਣਾ ਰਾਜ ਚਾਹੀਦਾ, ਸਿੱਖਾਂ ਦਾ ਧੱਕਾ ਹੋ ਰਿਹਾ ਆ। ਹੁਣ ਸੋਚ ਕੇ ਦੇਖੋ, ਜੇ ਸਾਡੇ ਕੋਲ ਆਪਣਾ ਮੁਲਕ ਆ ਜਾਏ, ਜੇ ਇਹਨਾਂ ਲੋਕਾਂ ਦੇ ਕੋਲ ਇਹਨਾਂ ਦੀ ਆਪਣੀ ਸਰਕਾਰ ਹੋਵੇ, ਜੇ ਇਹਨਾਂ ਦੀ ਫੌਜ ਹੋਵੇ ਆਪਣੀ, ਫਿਰ ਕੀ ਬਣਾਉਣੇ ਆਮ ਲੋਕਾਂ ਦਾ। 84 ਦੇ ਅਸੀਂ ਰੌਲਾ ਪਾ ਰਹੇ ਹਾਂ, 47 ਵੇਲੇ ਵੀ ਸਾਡੇ ਨਾਲ ਇਹੀ ਕੁਛ ਵਾਪਰਿਆ, ਇੰਨਾ ਚਿਰ ਅਸੀਂ ਖੋਰੂ ਪਾਇਆ ਵੀ ਜੀ ਸਾਡੇ ਨਾਲ ਹਿੰਦੂਆਂ ਨੇ ਧੱਕਾ ਕਰ ਦਿੱਤਾ, ਸੰਵਿਧਾਨ ਦੇ ਵਿੱਚ ਸਾਡੇ ਨਾਲ ਆਹ ਕੁਛ ਹੋਇਆ, ਕਿਤੇ ਵੀ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਦੀ ਇਹ ਤਿਆਰੀ ਨਹੀਂ ਕਰਵਾਈ ਤੇ ਜਾ ਕੇ ਪਾਰਲੀਮੈਂਟ ਦੇ ਵਿੱਚ ਬੈਠ ਕੇ ਉਹ ਕਾਨੂੰਨ ਬਣਾਉਣੇ ਵਾਲੀ ਬੋਡੀ ਚ ਕਿੱਦਾਂ ਉਹਦਾ ਹਿੱਸਾ ਕਿੱਦਾਂ ਬਣਨਾ। 84 ਤੋਂ ਹੁਣ ਤੱਕ ਕਿੰਨੇ ਸਾਲ, 36 ਸਾਲ ਹੋ ਗਏ ਸਾਨੂੰ ਇਹ ਕਹਿੰਦੇ ਹਨ ਵੀ ਪੁਲਿਸ ਧੱਕਾ ਕਰਦੀ ਸੀ, ਪੁਲਿਸ ਧੱਕਾ ਕਰਦੀ ਸੀ, ਕਿਸੇ ਵੀ ਜਥੇਬੰਦੀ ਨੇ ਇਹ ਤਿਆਰੀ ਨਹੀਂ ਕੀਤੀ ਵੀ ਆਪਣੇ ਬੱਚੇ ਜਿਹੜੇ ਆ IPS ਕਰਵਾਈਏ, ਉਹਨਾਂ ਨੂੰ ਪੁਲਿਸ ਦੇ ਵਿੱਚ ਭਰਤੀ ਕਰਵਾਈਏ। ਜਿਹੜੇ ਸਮਝਦਾਰ ਲੋਕ ਆ ਕਿਉਂ ਨੀ ਉਸ ਪਾਸੇ ਨੂੰ ਸਟੈਪ ਲੈਂਦੇ ਵੀ ਪੁਲਿਸ ਦੇ ਵਿੱਚ ਸਾਡੇ ਬੱਚੇ ਜਾ ਕੇ, ਉੱਥੇ ਹਰ ਤਰ੍ਹਾਂ ਦੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾ ਕੇ ਸਾਡੇ ਬੱਚੇ DC ਬਣਨ ਦੇ ਲਈ, SSP ਬਣਨ ਦੇ ਲਈ ਤਿਆਰੀ ਕਰਨ, 20 ਸਾਲ ਲੱਗਣਗੇ, 25 ਸਾਲ ਲੱਗਣਗੇ, ਕਿੰਨੇ ਫੰਡ ਆ ਸ਼੍ਰੋਮਣੀ ਕਮੇਟੀ ਦੇ ਕੋਲ, ਪਰ ਉਹ ਆਪਣੀਆਂ ਧਮਕੀਆਂ, ਗਲਤ ਹੈ ਕਿ ਜਿਹੜੀ ਗੁੰਡਾਗਰਦੀ ਆਪ ਕਰਦੇ ਆ ਇਹਨਾਂ ਨੂੰ ਹਮੇਸ਼ਾ ਬਗੜੈਲ ਨਿਆਣੇ ਵਾਂਗ ਰੁੱਸਣ ਵਾਲੇ ਪਾਸੇ ਖੜਨ ਦੇ ਵਿੱਚ ਸੁਵਿਧਾ ਹੈ, ਇਹਨਾਂ ਨੂੰ ਚੰਗਾ ਉੱਥੇ ਲੱਗਦਾ, ਸੌਖਾ ਉੱਥੇ ਲੱਗਦਾ ਜਦੋਂ ਨੈਗੋਸ਼ੀਏਸ਼ਨ ਕਰਨ ਦੀ ਵਾਰੀ ਆਉਣੀ, ਜਦੋਂ ਰਿਸਪੋਂਸੀਬਿਲਟੀ ਲੈਣ ਦੀ ਵਾਰੀ ਆਉਣੀ ਆ, ਜਦੋਂ ਕੁਛ ਕਰਨ ਦੀ ਵਾਰੀ ਆਉਣੀ ਆ, ਉਸ ਵੇਲੇ ਬਿਲਕੁਲ ਜ਼ੀਰੋ, ਬਿਲਕੁਲ ਜ਼ੀਰੋ। ਸ਼ਰੇਆਮ ਉਹ ਬੰਦੇ ਇੱਕ ਢਾਡੀ ਦੀ ਵੀਡੀਓ ਉੱਥੇ ਫੇਸਬੁੱਕ ਤੇ ਸ਼ੇਅਰ ਵੀ ਕੀਤੀ ਸੀ, ਉਹਦਾ ਥੋੜਾ ਜਿਹਾ ਹਿੱਸਾ ਆਪਾਂ ਦੇਖ ਲੈਂਦੇ ਜੀ, ਮੇਰੇ ਸਾਹਮਣੇ ਆ ਗਿਆ ਤਾਂ ਆ ਹੈਗਾ, ਸੁਣ ਕੇ ਦੇਖਿਓ ਇਹਨੂੰ ਵੀ ਅਸੀਂ ਇੰਨੇ ਜੋਗੇ ਹੋਇਆ ਕਿ ਇੱਥੇ ਪਹੁੰਚ ਗਏ, ਇਸ ਕਰਕੇ ਵਿਖਾਵਾ ਨਾ ਕਰੋ, ਅੱਜ ਲੋੜ ਹੈ ਇੱਕ ਮੁੱਠ ਹੋਣ ਦੀ, ਤੇ ਅੱਜ ਦੇ ਟੈਕਸ ਟੁਕਸ ਨੇ ਜਿਹੜੇ ਵਸੂਲਿਆ ਇਹਨਾਂ ਨੇ, ਫਿਰ ਜੇ ਅੱਜ ਇਹ ਪਾਸ ਲੈ ਕੇ ਸਾਨੂੰ ਸੜਕਾਂ ਤੇ ਕੋਈ ਰਾਸ਼ਨ ਲੈਣ ਜਾਂਦਾ, ਕੋਈ ਸਬਜ਼ੀ ਲੈਣ ਵਾਸਤੇ ਜਾਂਦਾ ਪਿੰਡਾਂ ਵਿੱਚ ਵੰਡਣ ਵਾਸਤੇ, ਉਹਨਾਂ ਨੂੰ ਪਾਸ ਲੈ ਕੇ ਜਾਣਾ ਪਵੇਗਾ, ਤੇ ਫਿਰ ਅੱਜ ਇੱਦਾਂ ਟੋਲ ਪਲਾਜ਼ਾ ਖੁੱਲ ਗਿਆ, ਆਪਣਾ ਲੋਕਡਾਊਨ ਖੁੱਲ ਗਿਆ, ਫਿਰ ਤੇ ਟੋਲ ਪਲਾਜ਼ੇ ਵਾਲੇ ਵੀ ਆਖਣਗੇ ਭਾਈ ਸਾਨੂੰ ਵੀ ਟੈਕਸ ਦਿਓ, ਤੁਸੀਂ ਕਿਹੜਾ ਤੁਹਾਡਾ ਕਿਹੜਾ ਪੰਥ ਨਿਆਣਾ, ਵੀ ਜੇ ਤੁਹਾਨੂੰ 50 ਪੁਲਿਸ ਵਾਲੇ ਰੋਕ ਸਕਦੇ ਆ, ਉਹ ਤੁਹਾਨੂੰ ਪਾਸ ਮੰਗਦੇ, ਤੁਹਾਡੇ ਤੋਂ ਅਸੀਂ ਵੀ ਤੁਹਾਡੇ ਕੋਲ ਪੈਸੇ ਮੰਗਦੇ ਆ, ਜਿੰਨਾ ਚਿਰ ਜਿਉਂਦੇ ਆ ਨਾ ਕਦੇ ਟੈਕਸ ਦਿੱਤਾ ਤੇ ਨਾ ਦੇਵਾਂਗੇ, ਗੱਡੀ ਚਲਾਉਣੀ ਛੱਡ ਦੇਵਾਂਗੇ ਉੱਥੇ ਜਿੱਦਣ ਟੈਕਸ ਦੇ ਦਿੱਤਾ, ਕਿਉਂਕਿ ਨਾ ਜਿਹੜੀ ਆਹ ਬਿਰਤੀ ਆ, ਜਿਹੜੀ ਆਹ ਸੋਚ ਆ, ਉਹ ਕਹਿੰਦਾ ਵੀ ਜੇ ਅੱਜ ਕਰਫਿਊ ਲੱਗਾ ਹੋਣ ਕਰਕੇ ਸਾਡੇ
ਜਿਹੜੇ 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 ਇਹ ਪੁਲਿਸ ਵਾਲੇ ਸਾਨੂੰ ਰੋਕ ਰਹੇ ਆ, ਜਿਹੜੇ ਪਾਸ ਜਿਹੜੇ ਤਿਆਰੀ ਕਰ ਰਹੇ ਆ, ਵੀ ਸਾਨੂੰ ਕਹਿੰਦੇ ਵੀ ਪਾਸ ਦੇਵਾਂਗੇ ਤੁਹਾਨੂੰ, ਪਾਸ ਲੈ ਕੇ ਤੁਸੀਂ ਉਹਦੇ ਵਿੱਚੋਂ ਲੰਘੋ। ਜੇ ਕਹਿੰਦਾ ਭੜਕੇ ਨੂੰ ਜਦੋਂ ਕਰਫਿਊ ਬੰਦ ਹੋ ਗਿਆ ਉਸ ਵੇਲੇ ਟੋਲ ਪਲਾਜ਼ੇ ਵਾਲੇ ਸਾਡੇ ਕੋਲੋਂ ਟੋਲ ਮੰਗਣਗੇ, ਪੈਸੇ ਮੰਗਣਗੇ, ਫੀਸ ਮੰਗਣਗੇ, ਅਸੀਂ ਨਹੀਂ ਦਿੰਦੇ ਇੱਦਾਂ, ਜਿੰਨਾ ਚਿਰ ਹੈਗੇ ਆ ਅਸੀਂ ਇੱਦਾਂ ਇੱਦਾਂ ਹੀ ਕਰਾਂਗੇ ਅਸੀਂ। ਹੁਣ ਹੁਣ ਤੁਸੀਂ ਦੱਸੋ ਵੀ ਜੇ ਇਹ ਬੰਦਿਆਂ ਦਾ ਰਾਜ ਹੋਵੇ ਇਹ ਕੀ ਕਰਨ। ਕਹਿੰਦਾ ਪੁਲਿਸ ਵਾਲੇ ਫਿਰ ਤੁਹਾਡੇ ਘਰ ਦਾ ਰਾਜ ਆ ਤੇ ਤੁਸੀਂ ਤੁਸੀਂ ਸਾਡੇ ਕੋਲੋਂ ਸਾਨੂੰ ਰੋਕਦੇ ਆ ਇੱਦਾਂ ਦਾ, ਅਸੀਂ ਵੀ ਇਹ ਆਪਣੇ ਆਪ ਨੂੰ ਗਰਜਾ ਸਿੰਘ ਬੋਤਾ ਸਿੰਘ ਨਾਕਾ ਲੱਕ ਇਹ ਨਹੀਂ ਦੇਖਦੇ ਵੀ ਅੱਜ ਪੋਲੀਟੀਕਲ ਸਟੇਟਸ ਕੀ ਆ ਕੰਟਰੀ ਦਾ, ਡਿਕਟੇਟਰਸ਼ਿਪ ਵੇਲੇ ਕਿਹੜੇ ਹੱਕ ਸੀਗੇ, ਕਿੱਦਾਂ ਦੇ ਧੱਕੇ ਹੁੰਦੇ ਸੀ, ਕੀ ਕੁਛ ਹੁੰਦਾ ਸੀ, ਅੱਜ ਸਾਨੂੰ ਸੁਵਿਧਾ ਕਿੰਨੀ ਆ। ਲੱਖਾਂ ਦੀ ਗਿਣਤੀ ਚ ਅਮਰੀਕਾ, ਕੈਨੇਡਾ, ਇੰਗਲੈਂਡ, ਜੇ ਭਿੰਡਰਾਂ ਵਾਲੇ ਦੇ ਉੱਤੇ ਇੰਨੇ ਇਲਜ਼ਾਮ ਲੱਗੇ ਉਹਦੇ ਬਾਵਜੂਦ ਵੀ ਉਹਦਾ ਮੁੰਡਾ ਕੈਨੇਡਾ ਦਾ ਸਿਟੀਜ਼ਨ ਬਣ ਕੇ ਬੈਠਾ, ਮਤਲਬ ਇੰਡੀਆ ਦੀ ਸਰਕਾਰ ਨੇ ਉੱਥੋਂ ਪੁਲਿਸ ਨੇ ਪੁਲਿਸ ਕਲੀਅਰੈਂਸ ਦਿੱਤੀ ਆ ਉਹਨਾਂ ਨੂੰ। ਸਤਿੰਦਰਪਾਲ ਸਿੰਘ ਵਰਗੇ, ਧੰਨਾ ਸਿੰਘ ਬੱਬਰ ਵਰਗੇ ਬੰਦੇ, ਇੰਗਲੈਂਡ ਦੇ ਵਿੱਚ ਖੰਡੇ ਵਰਗੇ, ਮਨਵੀਰ ਚਹਿੜੂ ਦਾ ਭਰਾ ਆ, ਕਿੰਨੇ ਬੰਦੇ ਆ ਜਿਹੜੇ ਖਾੜਕੂ ਪਰਿਵਾਰ ਨਾਲ ਸੰਬੰਧਿਤ ਆ, ਬਾਹਰਲੇ ਮੁਲਕਾਂ ਜਾ ਕੇ ਬੈਠੇ ਆ। ਇਹ ਡੈਮੋਕਰੇਸੀ ਕਰਕੇ ਹੀ ਆ। ਇੱਕ ਵਾਰੀ ਧਿਆਨ ਨਾਲ ਸੋਚ ਲਈਏ ਵੀ ਜੇ ਕਿਤੇ ਧੱਕਾ ਹੋਇਆ ਆ ਉਹਦੇ ਵਿੱਚ ਪਹਿਲ ਸਾਡੇ ਵੱਲੋਂ ਤਾਂ ਨਹੀਂ ਹੋਈ। ਜੇ ਅਸੀਂ ਕਹਿੰਦੇ ਵੀ ਨਹੀਂ ਸਾਡੇ ਵੱਲੋਂ ਨਹੀਂ ਹੋਈ, ਸਰਕਾਰ ਨੇ ਕੀਤੀ, ਸਰਕਾਰ ਹਮੇਸ਼ਾ ਤੋਂ ਇੱਦਾਂ ਕਰਦੀ ਆ, ਫਿਰ ਸਾਡੀ ਰਿਸਪੋਂਸਿਬਿਲਟੀ ਹੋਰ ਵੀ ਜ਼ਿਆਦਾ ਬਣ ਜਾਂਦੀ ਆ। ਵੀ ਜਦੋਂ ਸਾਨੂੰ ਪਤਾ ਸਰਕਾਰ ਇੱਦਾਂ ਦੀ ਆ, ਜਦੋਂ ਸਾਨੂੰ ਪਤਾ ਪੁਲਿਸ ਇੱਦਾਂ ਦੀ ਆ, ਜਦੋਂ ਸਾਨੂੰ ਪਤਾ ਵੀ ਹਿੰਦੂ ਬਹੁ ਗਿਣਤੀ ਸਾਨੂੰ ਸਮਾ ਲੈਣਾ ਚਾਹੁੰਦੀ ਆ ਆਪਣੇ ਆਪ ਦੇ ਵਿੱਚ, ਫਿਰ ਸਾਡੀ ਟਕਸਾਲ ਸਿੱਖਾਂ ਦੀ ਸਭ ਤੋਂ ਵੱਡੀ ਯੋਧਿਆਂ ਦੀ ਜਥੇਬੰਦੀ ਜਿਹੜੀ ਆ ਉਹ ਬਾਦਲਾਂ ਦੇ ਪੈਰਾਂ 'ਚ ਬੈਠ ਕੇ ਭਾਜਪਾ ਦੇ ਨਾਲ ਸਾਂਝ ਕਿਉਂ ਪਾਈ ਬੈਠੀ ਆ। ਪਰ ਗੱਲ ਇਹ ਹਰੇਕ ਨੂੰ ਕਲਿੱਕ ਹੋ ਜਾਣੀ ਆ ਜਦੋਂ ਅਸੀਂ ਦੇਖਣਾ ਵੀ ਸਵਾਲ ਜਿਹੜਾ ਇਹਨਾਂ ਦਾ ਨਾ ਲੜ ਲਿਆ ਵਾਲਾ ਆ, ਹਰ ਵੇਲੇ ਆਪਣੀ ਮਰਜ਼ੀ ਕਰਾਉਣੇ ਵਾਲਾ ਸਵਾਲ ਆ। ਤੇ ਅਸੀਂ ਕਰਨੀ ਇੱਦਾਂ ਹੀ ਆ, ਅਸੀਂ ਰੋਸਾ ਕਰਨਾ ਆ, ਅਸੀਂ ਧਮਕੀ ਦੇਣੀ ਆ ਤੇ ਪੁਲਿਸ ਸ਼ਾਂਤੀ ਰੱਖੇ। ਅਜਨਾਲੇ ਦੀ ਸਟੇਟਮੈਂਟ ਦੇਖ ਲਓ, ਕਿਸੇ ਨੂੰ ਦੇਖ ਲਓ ਤੁਸੀਂ, ਹੁਣ ਤਾਂ ਸ਼ਰਮ ਆਈ ਆ ਜਦੋਂ ਧੁੰਦਾ ਕਿਆ ਇਹ ਗੁਰਦੁਆਰੇ ਬਚਾਉਣ ਦੇ ਉੱਤੇ ਸਾਰਿਆਂ ਨੂੰ ਫਿਕਰ ਪਿਆ, ਟਪਾਲੀ ਕਿਆ ਸਾਰਿਆਂ ਨੂੰ ਟਕਸਾਲੀਆਂ ਦੀ ਬੋਲੀ ਬੋਲਣ ਦਾ ਫਿਕਰ ਪਿਆ। ਜਿੰਨੇ ਬੰਦੇ ਅੱਜ ਇਸ ਗੱਲ ਦੇ ਬਾਰੇ ਖਾਸ ਕਰਕੇ ਢੱਡਰੀਆਂ ਵਾਲਿਆਂ ਦੇ ਖਿਲਾਫ ਬੋਲ ਰਹੇ ਆ ਉਹਨੂੰ ਇਕੱਲੇ ਇਕੱਲੇ ਨੋਟ ਕਰਕੇ ਦੇਖ ਲਿਓ, ਸਾਰਿਆਂ ਨੂੰ ਫਿਕਰ ਆਪਣੀ ਰੋਜ਼ੀ ਦਾ। ਉਹ ਪ੍ਰਬੰਧਕ ਜਿਹੜੇ ਗੁਰਦੁਆਰਿਆਂ ਦੇ ਰਾਹੀਂ ਆਪਣੇ ਟੱਬਰਾਂ ਦੀ ਢੋਆ ਢੁਆਈ ਕਰ ਰਹੇ ਆ, ਲੱਖਾਂ ਕਰੋੜਾਂ ਦੀ ਆਮਦਨੀਆਂ ਸਾਲ ਦੀ ਕੋਈ ਹਿਸਾਬ ਨਹੀਂ ਦਿੱਤਾ ਜਾ ਰਿਹਾ, ਰਿਸ਼ਤੇਦਾਰਾਂ ਨੂੰ ਢਾਡੀ ਬਣਾ ਕੇ, ਰਾਗੀ ਬਣਾ ਕੇ, ਕੀਰਤਨੀਆਂ ਬਣਾ ਕੇ, ਗ੍ਰੰਥੀ ਬਣਾ ਕੇ ਬਾਹਰਲੇ ਮੁਲਕਾਂ ਵਿੱਚ ਸਮਾਗਮ ਕੀਤਾ ਜਾ ਰਿਹਾ ਹੈ, ਗੁਰਦੁਆਰੇ ਦੇ ਪੈਸੇ ਰਾਹੀਂ ਕਰੋੜਾਂ ਅਰਬਾਂ ਦੇ ਧੰਦੇ ਉੱਥੇ ਕੀਤੇ ਜਾ ਰਹੇ ਆ, ਡੋਨੇਸ਼ਨ ਦੇ ਨਾਂ ਦੇ ਉੱਤੇ, ਅਗਰਾਹੀਆਂ ਦੇ ਨਾਂ ਦੇ ਉੱਤੇ, ਸ਼ਹੀਦੀ ਫੰਡ ਦੇ ਨਾਂ ਦੇ ਉੱਤੇ ਸਾਰਾ ਪੈਸਾ ਜਿਹੜਾ ਹੈ ਉਹ ਚੱਕ ਚੱਕ ਕੇ ਪਹਿਲਾਂ ਇੰਡੀਆ ਨੂੰ ਭੇਜਿਆ ਜਾਂਦਾ ਹੈ, ਉੱਥੋਂ ਮੁੜ ਕੇ ਲਿਆ ਕੇ ਫਿਰ ਪ੍ਰੋਪਰਟੀ ਬਾਹਰਲੇ ਮੁਲਕਾਂ 'ਚ ਬਣਾਈ ਜਾਂਦੀ ਹੈ, ਉਹੀ ਬੰਦੇ ਰੌਲਾ ਪਾਉਣ ਲੱਗੇ ਹੋਆ ਅਤੇ ਉਹੀ ਇਹ ਲਾਣਾ। ਸਾਵਧਾਨ ਹੋਣ ਦੀ ਲੋੜ ਆ ਪੁਲਿਸ ਵਾਲਿਆਂ ਨੂੰ ਵੀ, ਜਿਹੜੇ ਆਪਣੇ ਨੌਜਵਾਨ ਬੱਚੇ ਪੁਲਿਸ ਦੇ ਵਿੱਚ ਆ ਉਹਨਾਂ ਨੂੰ ਵੀ ਆਪਣੀ ਸਾਵਧਾਨੀ ਵਰਤਣ ਦੀ ਲੋੜ ਆ। ਇੱਕ ਬਹੁਤ ਵੱਡਾ ਲੈਸਨ ਆ ਕਿ ਗਾਹਾਂ ਤੋਂ ਜਦੋਂ ਕਿਸੇ ਦੇ ਨੇੜੇ ਜਾਂਦੇ ਆ ਉਸ ਵੇਲੇ ਮੰਨ ਕੇ ਚੱਲੋ ਵੀ ਇਹਦੇ ਕੋਲ ਹਥਿਆਰ ਹੋਊਗਾ ਔਰ ਬੇਵਕੂਫੀ ਕਰ ਸਕਦਾ ਹੈ, ਉਹਦਾ ਫਾਸਲਾ ਆਪਣਾ ਬਣਾ ਕੇ ਰੱਖੋ ਤੇ ਜਿੱਦਾਂ ਇਹ ਬੰਦੇ ਜਿਸ ਤਰੀਕੇ ਨਾਲ ਪੇਸ਼ ਆਉਂਦੇ ਆ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਆਉਣ ਵਾਲੇ ਸਮੇਂ 'ਚ ਜੇ ਇਹਨਾਂ ਦਾ ਰਾਜ ਆ ਗਿਆ ਇਹਨਾਂ ਦਾ ਬਸ ਚੱਲਿਆ ਤੇ ਉਹੀ ਗੁੰਡਾਗਰਦੀ ਕਰਨ। ਇੱਕ ਤਬਦੀਲੀ ਤੁਸੀਂ ਦੇਖ ਲਓ, ਜਦੋਂ ਸ਼ਬੀਲ ਲੱਗੀ ਸੀ 4 ਸਾਲ ਪਹਿਲਾਂ ਉਦੋਂ ਬਾਅਦ ਧੁੰਮੀ ਨੇ ਵੀ, ਟਕਸਾਲੀਆਂ ਨੇ ਵੀ, ਬਹੁਤ ਸਾਰੇ ਲੋਕਾਂ ਨੇ ਇਹ ਸਟੇਟਮੈਂਟ ਦਿੱਤੀ ਸੀ ਕਿ ਹਾਂ ਅਸੀਂ ਕੀਤਾ ਆ ਕਿੱਦਾਂ ਹੀ ਕਰਾਂਗੇ, ਪਰ ਅੱਜ ਉਹਨਾਂ ਨੂੰ ਡਿਫੈਂਸ ਫੁੱਟ ਦੇ ਉੱਤੇ ਪਿਛਲੇ ਬੈਕ ਫੁੱਟ ਤੇ ਖੜਨਾ ਪੈ ਗਿਆ, ਅੱਜ ਸਫਾਈਆਂ ਦੇਣੀਆਂ ਪੈ ਗਈਆਂ ਉਹਨਾਂ ਨੂੰ, ਇੱਥੋਂ ਤੱਕ ਕਰਨਾ ਪੈ ਗਿਆ ਵੀ ਨਹੀਂ ਜੀ ਨਿਹੰਗ ਗਲਤ ਆ। ਬਲਬੀਰ ਸਿੰਘ ਨੇ ਇਹ ਵੀ ਸਟੇਟਮੈਂਟ ਦਿੱਤੀ ਸਾਡਾ ਲੈਣਾ, ਹਾਂ ਜਦੋਂ ਫੜੇ ਗਏ ਆ ਜਾਣੀ ਉਦੋਂ ਤੁਸੀਂ ਕਹਿੰਦੇ ਵੀ ਨਹੀਂ ਸਾਡਾ ਨੀ ਕੋਈ ਵੀ ਸੰਬੰਧ ਇਹਨਾਂ ਦੇ ਨਾਲ, ਜਿੰਨਾ ਚਿਰ ਹੈਗੇ ਆ ਉਹਨਾਂ ਚਿਰ ਸੂਰਮੇ ਆ ਤੁਹਾਡੇ, ਕੋਈ ਨੀ ਜੀ ਆਉਣ ਵਾਲੇ ਸਮੇਂ ਦੇ ਵਿੱਚ ਸਾਵਧਾਨੀ ਸਾਨੂੰ ਵਰਤਣ ਦੀ ਲੋੜ ਆ, ਜਿੱਦਾਂ ਦਾ ਵੀ ਟਾਈਮ ਹੋਇਆ ਦੇਖਾਂਗੇ ਆਪਾਂ। ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।